ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੇ ਤਾਂ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਨੂੰ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਆਸਾਨੀ ਪਹੁੰਚ ਸਕੇ ਲਓ ਜੀ ਵੀਡੀਓ ਅਸੀਂ ਬਣਾਉਣ ਲੱਗੇ ਹਾਂ ਵਾਰ ਆ ਜੀ ਹਫ਼ਤਾ ਤਰੀਕ 10 ਅਗਸਤ 2024 ਜ਼ਿਲ੍ਹਾ ਗੁਜਰਾਤ ਤਹਿਸੀਲ ਖਾਰੀਆਂ ਪਿੰਡ ਕਰਨਾਣਾ ਆਪਣੇ ਪਿੰਡ ਦੀ ਵੀਡੀਓ ਭਾਈ ਸੁਲੇਮਾਨ ਸਾਹਿਬ ਦੀ ਬਸ ਸਿਲਸਿਲੇਵਾਰ ਵੀਡੀਓ ਤੁਸੀਂ ਤੱਕਦੇ ਹੋ ਭਾਈ ਰਾਣਾ ਨੇ ਅੱਜ ਮਾਸ਼ਾਅੱਲਾ 2 ਗਾਵਾਂ ਲਾਣੀਆਂ ਨੇ ਵੀਡੀਓ 'ਤੇ ਬਾਕੀ ਜਿਹੜੀ ਗੱਲਬਾਤ ਨੇ ਉਹ ਭਾਈ ਰਾਣਾ ਪੁੱਛ ਲੈਂਦੇ ਹਾਂ ਗਾਵਾਂ ਨੇ ਨਾ ਜਿਹੜੀਆਂ ਦੋਵੇ ਉਹ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਮਾਸ਼ਾਅੱਲਾ ਇੱਕ ਭਾਈ ਰਾਣਾ ਪੁੱਛ ਲੈਂਦੇ ਹਾਂ ਕਿ ਇਸ ਗਾਂ ਦੀ ਨਸਲ ਕੀ ਹੋਵੇ ਦੀ ਬ੍ਰੈਂਡ ਗਾਂ ਹੋਵੇ ਦੀ ਅਤੇ ਇਹ ਵੀ ਗੱਲਬਾਤ ਪੁੱਛ ਲੈਂਦੇ ਹਾਂ ਕਿ ਗੱਭਣ ਹੈ ਗਾਂ ਜਾਂ ਸੂਈ ਹੈ ਉਹ ਸਾਰੀ ਗੱਲਬਾਤ ਨੇ ਜਿਹੜੀ ਉਹ ਭਾਈ ਰਾਣਾ ਨਾਲ ਕਰ ਲੈਂਦੇ ਹਾਂ ਕਿਸੇ ਵੀ ਭਰਾ ਨੇ ਆਉਣਾ ਹੋਵੇ ਲਾਲੇ ਮੂਸ ਤੋਂ ਜਿਹੜੀ ਰੋਡ ਦੀ ਕਹਿੰਦੇ ਡਿੰਗੇ ਜਾਂਦੀ ਹੈ ਉਸ ਰੋਡ 'ਤੇ ਤਕਰੀਬਨ 9 ਕਿਲੋਮੀਟਰ ਦੇ ਪਿੰਡ ਕਰਨਾਣਾ ਬਾਕੀ ਭਾਈ ਰਾਣਾ ਨਾਲ ਗੱਲਬਾਤ ਕਰ ਲੈਂਦੇ ਆਓ ਭਾਈ ਜਾਨ ਵੀਡੀਓ ਸ਼ੁਰੂ ਕਰੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭਾਈ ਜਾਨ ਸੁਣਾਓ ਕੀ ਹਾਲ ਮਾਸ਼ਾਅੱਲਾ ਤਕਰੀਬਨ ਅੱਜ 2 ਹਫ਼ਤਿਆਂ ਬਾਅਦ ਵੀਡੀਓ ਬਣਨ ਲੱਗੀ ਹੈ ਵਿੱਚ ਵੀਡੀਓ ਕਿਉਂ ਨਹੀਂ ਬਣਦੀ ਰਹੀ ਹੈ ਜ਼ਰਾ ਭਰਾਵਾਂ ਦਾ ਮਾਲ ਲਿਆ ਵੀਦਾ ਜੀ ਤੇ ਉਹ ਵੀਡੀਓ ਦੀ ਪਹਿਲੇ ਵਿਕ ਜਾਂਦਾ ਠੀਕ ਹੋ ਗਿਆ ਵੀਡੀਓ ਵੀ ਇਸ ਮਕਸਦ ਵਾਸਤੇ ਬਣਾਉਣੀ ਕਿ ਮਾਲ ਵਿਕੇ ਤੇ ਜੇ ਵੀਡੀਓ ਤੋਂ ਪਹਿਲਾਂ ਵਿਕੀ ਤੇ ਇਹਦੇ ਨਾਲ ਚੰਗੀ ਕਿਹੜੀ ਗੱਲ ਹੈ ਤੇ ਆਹ ਜਿਹੜੀਆਂ 2 ਗਾਵਾਂ ਨੇ ਇਹ ਕੱਲ੍ਹ ਆਈਆਂ ਨੇ ਤੇ ਮਾਸ਼ਾਅੱਲਾ ਦੋਵੇਂ ਗਾਵਾਂ ਚੰਗੀਆਂ ਹੋਣ ਦੀਆਂ ਅੱਛਾ ਇਹ ਦੱਸੋ ਦੋਵੇਂ ਖਾਂਗੜਾ ਨੇ ਜਾਂ ਸਜਰ ਨੇ ਖਾਂਗੜਾ ਦੋਵੇਂ ਹੋਣ ਦੀਆਂ ਚੰਗੀਆਂ ਸਜਰੀਆਂ ਨੂੰ ਕੱਟਣ ਦੀਆਂ ਤੇ ਫੋਨ ਨੰਬਰ ਬੋਲਾਂ ਫਿਰ ਵੀਡੀਓ ਸ਼ੁਰੂ ਕਰੀ 0305-8852-290 ਜੀ 0359-4793-052 ਦੂਜੇ ਨੰਬਰ ਤੇ ਵਟਸਐਪ ਬਣੇ ਆ ਪਹਿਲੇ ਤੇ ਕੋਈ ਨਹੀਂ ਠੀਕ ਹੈ ਐਡਾ ਦੂਸਰਾ ਬੋਲਿਆ ਤੇ ਬਣੇ ਆ ਨੰਬਰ ਦੋਵੇਂ ਉੱਤੇ ਲੱਗਦੇ ਨੇ ਨਾਪੇ ਬਸ ਠੀਕ ਹੈ ਜਿਹੜੇ ਭਰਾ ਗਾਵਾਂ ਜਿਹਨਾਂ ਲੈਣੀਆਂ ਉਹਨਾਂ ਨਾਲ ਪਹਿਲੇ ਰਾਬਤਾ ਕਰ ਲੈਂਦੇ ਨੇ ਨੰਬਰ ਇੱਕ ਗਾਂ ਨੂੰ ਡੱਕਾ ਨਹੀਂ ਲੱਗਿਆ ਹੋਣ ਲੱਗਾ ਠੀਕ ਹੈ ਦੋਵਾਂ ਨੂੰ ਜੈਨੂਇਨ ਹੋਵੇ ਜੀ ਦੁੱਧ ਜਿਹੜਾ ਦੱਸਾਂ ਤੇ ਉਹ ਪੂਰਾ ਹੋਵੇਗਾ ਠੀਕ ਹੋ ਗਿਆ ਅਗਲੇ ਦੇ ਘਰ ਤੱਕ ਸਾਡੀ ਜ਼ਿੰਮੇਵਾਰੀ ਕਰੀਏ ਸ਼ੁਰੂ ਤਸੱਲੀ ਹੋਵੇ ਠੀਕ ਹੋ ਗਿਆ ਜੀ ਦੁੱਧ ਲਿਆਓ ਜੀ ਗਾਂ ਨੰਬਰ ਇੱਕ ਲਿਆਓ ਵਹਾਈਏ ਭਰਾਵਾਂ ਨੂੰ ਲਓ ਜੀ ਗਾਂ ਨੰਬਰ ਆ ਗਈ ਜੀ ਇੱਕ ਮਾਸ਼ਾਅੱਲਾ ਜੀ ਭਾਈਨ ਕੀ ਸਵਾਲ ਆਇਆ ਜੇ ਗਾਂ ਨੇ ਦੂਸਰਾ ਸੂਆ ਗਾਂ ਨੇ ਲਾਇਆ ਜੀ ਦੂਸਰਾ ਸੂਆ ਲਾਇਆ ਦੂ ਤੇ ਕਿੰਨੇ ਕੁ ਚਿਰ ਦੀ ਗਾਂ ਸੂਈ ਇਹ ਕੋ ਪਤਾ ਹੈ ਭਾਈ ਬਲਾਲ ਕੋਈ ਪਤਾ ਨਹੀਂ ਉਰਾ ਲਿਆ ਸੂ ਮੈਂ ਇਹ ਕੋ ਨਹੀਂ ਪਤਾ ਕਿੰਨੇ ਚਿਰ ਦੀ ਸੂਈ ਪਤਾ ਨਹੀਂ ਕਿੰਨੇ ਚਿਰ ਦੀ ਨਸਲ ਕੀ ਨਸਲ ਭਾਈ ਬਲਾਲ ਇਹ ਰੈੱਡ ਫਰੀਜ਼ੀਅਨ ਹੈ ਅੱਛਾ ਸਮੇਂ ਤੇ ਮੂੰਹ ਚੋਂ ਜਵਾਨ ਹੁੰਦੀ ਹੈ ਮੂੰਹ ਚੋਂ ਜਵਾਨ ਹੁੰਦੀ ਪਈ ਹੈ ਸੂਆ ਲਾਇਆ ਤੂੰ ਦੂਸਰਾ ਇਹ ਕੋ ਨਹੀਂ ਪਤਾ ਕਿੰਨੇ ਚਿਰ ਦੀ ਸੂਈ ਹੈ ਪਤਾ ਨਹੀਂ ਕਿੰਨੇ ਨਸਲ ਹੈ ਜਿਹੜੀ ਉਹ ਰੈੱਡ ਫਰੀਜ਼ੀਅਨ ਹੋਵੇ ਜੀ ਤੂੰ ਤੇ ਦੁੱਧ ਆਦਰ ਮੋਕਿਆ ਕਿੰਨਾ ਹੋਵੇ ਦੱਸ ਭਾਈ ਬਲਾਲ ਦੁੱਧ ਆਦਰ ਮੋਕਿਆ ਗਾਂ ਕੋਲੇ 13 ਕਿਲੋ 13 ਕਿਲੋ ਪੱਕਾ 12 ਕਿਲੋ ਦੀ ਸਾਡੀ ਗਾਰੰਟੀ ਹੋਵੇਗੀ ਕੋਈ ਬੰਦਾ ਆ ਕੇ ਚੋਲੇ ਜੀ ਨਾ ਚੋਏ ਤੇ ਘਰ ਤੱਕ ਅਸੀਂ ਜ਼ਿੰਮੇਵਾਰੀ ਦੇਵਾਂਗੇ 12 ਕਿਲੋ ਦੁੱਧ ਐ 13 ਕਿਲੋ ਬਲਾਲ 12 ਫੇਰ ਦੀ ਗਾਰੰਟੀ ਹੋਵੇ ਜੀ ਕੋਈ ਵੀ ਭਰਾ ਆਪਣਾ ਆਣ ਕੇ ਪੂਰਾ ਕਰ ਸਕਦਾ ਜੇ ਕੋਈ ਭਰਾ ਨਾ ਆ ਸਕੇ ਗਾਂ ਉੱਥੇ ਜਾਏ ਪੂਰਾ ਨਾ ਆਇਆ ਤੇ ਵਾਪਸ ਉਹ ਭਾਈਰਾਂ ਦੀ ਜ਼ਿੰਮੇਵਾਰੀ ਹੋਵੇ ਦੀ 12 ਕਿਲੋ ਪੂਰਾ ਦੁੱਧ ਹੋਵੇ ਦਾ ਸੋਹਣਾ ਮੁੱਠੀ ਮੁੱਠੀ ਥਣ ਹੋਵੇ ਅੱਛਾ ਭਾਈ ਜਾਨ ਪਹਾੜੇ ਤੇ ਮਿਲੇ ਦੀ ਜਾਂ ਟੀਕਾ ਲੈ ਦੀ ਕੋਈ ਵੀ ਨਹੀਂ ਕਰਨਾ ਅੱਛਾ ਥਣ ਤੋਣੇ ਨੇ ਚੋਣੇ ਇੰਜ ਹੀ ਬਹਿ ਜਾਣਾ ਕੀ ਆ ਬਾਤ ਹੈ ਜਿਹੜੇ ਦਿਲੇ ਜਿਸਵੇ ਦਿਲੇ ਬਹਿ ਜੋ ਜੀ ਮੋਟੀ ਚਵਾਈ ਹੋਵੇ ਜੀ ਬਲਾਲ ਗਾਂ ਦੀ ਕੀ ਆ ਬਾਤ ਹੈ ਜੀ ਮਾਸ਼ਾਅੱਲਾ ਜੀ ਲੋ ਜੀ 12 ਕਿਲੋ ਪੱਕਾ ਦੁੱਧ ਹੋਵੇ ਦਾ ਕੋਈ ਵੀ ਭਰਾ ਆ ਜੇ ਆਪਣਾ ਅੱਛਾ ਗੱਬਣ ਸ਼ੇ ਬਣਾਇਆ ਜਾਂ ਕੋਣੀ ਬਲਾਲ 1 ਮਹੀਨੇ ਦੀ ਸਾਈ ਦੱਸਦੇ ਨੇ ਬਲਾਲ ਗਾਰੰਟੀ ਕੋਣੀ ਹੈ ਦੁੱਧ ਦੀ ਸਿਰਫ ਗਾਰੰਟੀ ਹੋਵੇ ਦੀ ਗਾਰੰਟੀ ਹੋਵੇ ਦੀ ਮੂੰਹ ਵਹਾ ਸੜਨੇ ਆ ਜੀ ਪਾਟ ਕੇ ਵਹਾ ਲੋ ਜਵਾਨ ਹੁੰਦੀ ਪੀ ਸਾਊ ਸੀਲ ਵੀ ਭਰਾਵਾਂ ਨੇ ਵੇਖ ਲਈਏ ਲੋ ਜੀ ਜਵਾਨ ਹੁੰਦੀ ਪੀ ਮਾਸ਼ਾਅੱਲਾ ਜੀ ਠੀਕ ਹੋ ਗਿਆ ਗਾਂ ਭਰਾਵਾਂ ਨੇ ਵੇਖ ਲਈਏ ਤਸੱਲੀ ਨਾਲ ਭਾਈ ਜਾਨ ਸੁਣ ਕੋਈ ਫਰਕ ਨਹੀਂ ਗਾਂ ਵਿੱਚ ਇਨਸ਼ਾਅੱਲਾ ਬੇਅਬ ਹੋਵੇ ਦੀ ਸੁਣ ਜੀ ਗੱਲ ਸੁਣਾਓ ਕੀ ਮੁੱਲ ਹੈ ਗਾਂ ਨੰਬਰ 1 ਦਾ
ਭਾਈ ਬਿਲਾਲ ਛੋਟੀ ਜੀ ਗੱਲ, 2,45,000 2,45,000 ਦੀ ਗਾਂ ਦੇ ਦੇਣਾ ਤੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ ਗਾਂ ਭਰਾਵਾਂ ਨੇ ਵੇਖ ਲਈਏ 12 ਕਿਲੋ ਦੁੱਧ ਹੋਵੇਗਾ 2,45,000 ਦੀ ਦੇ ਦੇਣਾ ਤੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ 1 ਮਹੀਨੇ ਦੀ ਬਣੀ ਹੈ ਬਰਾਲ ਗਰੰਟੀ ਉਹਦੀ ਕੋਣੀ ਦੁੱਧ ਦੀ ਗਰੰਟੀ ਹੋਵੇ ਠੀਕ ਹੋਗਾ ਜੀ ਅੱਗੇ ਲਿਆਓ ਜੀ ਗਾਂ ਨੰਬਰ ਸਫੈਦ ਹੋਵੇਗਾ 2 ਲਓ ਜੀ ਗਾਂ ਨੰਬਰ ਆ ਗਏ ਜੀ 2 ਮਾਸ਼ਾਅੱਲਾ ਜੀ ਭਾਈ ਕੀ ਸਵਾਲ ਆਇਆ ਇਸ ਗਾਂ ਨੇ ਬਿਲਾਲ ਪਹਿਲੇ ਸੂਏ ਇਹਨੇ ਵੀ ਪਹਿਲੇ ਸਵਾਲ ਆਏ ਤੇ ਇਹ ਕਿੰਨੇ ਚਿਰ ਦੀ ਸੂਈ ਜੇ ਇਹ ਭਾਈ ਬਿਲਾਲ ਉਹ ਬੱਚੀ ਸਾਹਮਣੇ ਕੋਈ 3-4 ਮਹੀਨਿਆਂ ਦੀ ਸੂਈ 3-4 ਮਹੀਨਿਆਂ ਦੀ ਸੂਈ ਹੈ ਮਗਰ ਹੋਵੇ ਦੀ ਵੱਛੀ ਜੀ ਇਹਦਾ ਮਤਲਬ ਇਹ ਪੈਕੇਜ ਹੈ ਮਗਰ ਜੀ ਤੇ ਆਦਰ ਮੌਕਿਆ ਦੁੱਧ ਕਿੰਨਾ ਕੁ ਹੋਵੇ ਦੱਸ ਪੂਰਾ 6 ਕਿਲੋ ਬਿਲਾਲ ਪੂਰਾ 6 ਕਿਲੋ ਸਾਰੀ ਗਾਂ ਥੱਲੇ ਜਾਂ ਵੱਛੀ ਨੂੰ ਛੱਡ ਕੇ ਵੱਛੀ ਨੂੰ ਛੱਡ ਕੇ ਤੇ 100 ਸੀਲ ਹੋਵੇ ਜੀ ਅੱਛਾ ਪੂਰੀ ਲਓ ਜੀ ਮਗਰ ਵੱਛੀ ਚੂਹਾਂ ਤੋਂ 5 ਮਹੀਨਿਆਂ ਦੀ ਸੂਈ ਜੇ 6 ਕਿਲੋ ਦੁੱਧ ਹੋਵੇ ਦਾ ਵੱਛੀ ਨੂੰ ਛੱਡ ਕੇ ਇਹ ਮਗਰ ਵੱਛੀ ਹੋਵੇ ਦੀ ਤੇ ਬਣੀ ਛਣੀ ਹੈ ਜਾਂ ਕੋਣੀ ਕੋਣੀ ਬਣੀ ਕੋਣੀ ਬਣੀ ਠੀਕ ਹੋ ਗਿਆ ਜੀ ਕੋਈ ਪਤਾ ਨਹੀਂ ਵਾ ਅਸੀਂ ਤਾਂ ਮੁੱਲ ਆਉਂਦੀ ਹੈ ਨਾ ਅੱਛਾ ਇਹ ਕੋਣੀ ਪਤਾ ਵਾ ਬਣੀ ਹੈ ਜਾਂ ਨਹੀਂ ਬਣੀ ਬਰਾਲ ਗਾਂ ਭਰਾਵਾਂ ਦੇ ਸਾਹਮਣੇ ਵੇਖਦੇ ਨੇ ਭਰਾ ਗਾਂ 100 ਸੀਲ ਵੀ ਹੋਵੇ ਜੀ ਪੂਰੀ 6 ਕਿਲੋ ਦੁੱਧ ਹੋਵੇ ਦਾ ਮਗਰ ਹੋਵੇ ਦੀ ਵੱਛੀ ਕੀ ਮੁੱਲ ਜੇ ਗਾਂ ਨੰਬਰ 2 ਦਾ ਥਾਣੇ ਜਿਹੜਾ ਉਹ ਮਾਸ਼ਾਅੱਲਾ ਮੂਠ ਮੂਠ ਹੋਵੇ ਦਾ ਤੇ 100 ਸੀਲ ਹੋਵੇ ਜੀ ਪੂਰੀ 6 ਕਿਲੋ ਦੁੱਧ ਦੀ ਗਰੰਟੀ ਹੋਵੇ ਜੀ ਬੱਚੀ ਨੂੰ ਛੱਡ ਕੇ ਬਾਕੀ ਅੱਲਾ ਪਾਕ ਖੈਰ ਕਰੇ ਖੈਰ ਹੋਣੀ ਚਾਹੀਦੀ ਹੈ ਲੋ ਜੀ ਅੱਲਾ ਪਾਕ ਮਲਕ ਪਾਕਿਸਤਾਨ ਨੂੰ ਆਪਣੇ ਇਮਾਨ ਚ ਰੱਖੇ ਰਹਿੰਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਰਾਬਰਾ ਖਾਲਾ ਸੁਣਦੇ ਵਾਲੇ ਨਾਰੇ ਦੀ ਵਾਦਾ ਵੇ ਤਾਜਦਾਰੇ ਹਤਮੇ ਨਬੂਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।